ਤਸਵੀਰਾਂ 'ਚ ਤੁਹਾਡੇ ਸਾਹਮਣੇ ਹੱਥਾਂ 'ਚ ਵੀਟ ਗੈਸ ਫੜੀ ਖੜੇ ਵਿਦਿਆਰਥੀ ਪਾਤੜਾਂ ਦੇ ਨੇ, ਜਿਨ੍ਹਾਂ ਵੱਲੋਂ ਪਹਿਲਕਦਮੀ ਕਰਦਿਆਂ ਸਕੂਲ ਅੰਦਰ ਹੀ ਵੀਟ ਗੈਸ ਤਿਆਰ ਕਰਕੇ ਲੋੜਵੰਦਾਂ ਲੋਕਾਂ ਨੂੰ ਪਿਲਾਈ ਜਾ ਰਹੀ ਹੈ। ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਬਿਮਾਰੀਆਂ ਨੂੰ ਵੇਖਦੇ ਹੋਇਆਂ ਇਸ ਦੀ ਵਰਤੋਂ ਦੇ ਨਾਲ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। ਵਿਦਿਆਰਥੀਆਂ ਨੇ ਹੋਰਨਾਂ ਸਕੂਲਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਕੂਲ 'ਚ ਇਸ ਤਰ੍ਹਾਂ ਤਿਆਰ ਕਰਕੇ ਵੀਟ ਗੈਸ ਦਾ ਜੂਸ ਬੱਚਿਆਂ ਨੂੰ ਜ਼ਰੂਰ ਪਿਲਾਇਆ ਜਾਵੇ। ਉੱਥੇ ਹੀ ਘਰਾਂ ਅੰਦਰ ਵੀ ਇਸ ਨੂੰ ਤਿਆਰ ਕੀਤਾ ਜਾ ਸਕਦਾ ਹੈ, ਜਿਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ। ਵੀਟ ਗ੍ਰਾਸ ਹੈ ਅਤੇ ਇਸ ਵਿੱਚ ਇਹਦੇ ਕੈਂਸਰ ਤੋਂ ਲੈ ਕੇ ਪੇਟ ਦੀਆਂ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਦੀ ਅਸੀਂ ਆਪ ਬੀਜ ਕੇ ਤਿਆਰ ਕਰਦੇ ਹਾਂ ਇਹਨੂੰ, ਅਤੇ ਸਾਡੇ ਸਕੂਲ ਵਿੱਚ 15 ਦਿਨਾਂ ਬਾਅਦ ਹਰ 15 ਦਿਨਾਂ ਬਾਅਦ ਕੈਂਪ ਲੱਗਦਾ ਹੈ ਮੈਡੀਕਲ ਕੈਂਪ, ਅਸੀਂ ਇਸਨੂੰ ਆਪ ਆਪਣੇ ਹੱਥਾਂ ਨਾਲ ਬੀਜ ਕੇ ਤਿਆਰ ਕਰਦੇ। ਇਸ ਦੇ ਨਾਲ ਜਿਹੜੇ ਕੈਂਸਰ ਤੱਕ ਦਾ ਵੀ ਇਲਾਜ ਹੈ ਅਤੇ ਇਸ ਵਿੱਚ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਨੇ, ਕਿਸੇ ਨੂੰ ਵੀ ਕੋਈ ਵੀ ਤਰ੍ਹਾਂ ਦੀ ਬਿਮਾਰੀ ਹੈ ਉਸ ਇਸ ਦੇ ਨਾਲ ਠੀਕ ਹੋ ਜਾਂਦੀ। ਇਹ ਅਸੀਂ ਨੇ ਜੀ ਇੰਟਰਨੈਟ ਦੇ ਥਰੂ ਦੇਖਿਆ ਸੀਗਾ ਵੀ ਇੱਕ ਹਰ ਇੱਕ ਤਰ੍ਹਾਂ ਦੀਆਂ ਬਿਮਾਰੀਆਂ, ਕੈਂਸਰ ਦੀ, ਪੇਟ ਦੀਆਂ ਹੋਰ ਬਿਮਾਰੀਆਂ, ਬਹੁਤ ਸਾਰੀਆਂ ਨਾਮਰਾਦ ਬਿਮਾਰੀਆਂ ਨੇ ਜਿਨ੍ਹਾਂ ਦਾ ਇਹ ਇਲਾਜ ਬੀਟ ਗ੍ਰਾਸ ਜਿਹਨੂੰ ਬੋਲਦੇ ਨੇ, ਇਹ 15 ਦਿਨਾਂ ਬਾਅਦ ਮੇਰੇ ਬੱਚੇ ਸਾਰੇ ਸਕੂਲ ਦੇ ਇਹਨੂੰ ਬੀਜਦੇ ਨੇ, ਆਪ ਇਹਦੀ ਦੇਖਭਾਲ ਕਰਦੇ ਨੇ, 15 ਦਿਨਾਂ ਬਾਅਦ ਇਹ ਤਿਆਰ ਹੁੰਦੀ ਆ, ਫਿਰ ਇਸ ਨੂੰ ਕੱਟ ਕੇ ਇਹਦਾ ਜੂਸ ਬਣਾ ਕੇ ਸਾਰੇ ਬੱਚਿਆਂ ਨੂੰ ਵੀ ਪਿਲਾਈ ਜਾਂਦੀ ਆ ਤੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਬਕਾਇਦਾ ਅਲਾਉਂਸਮੈਂਟ ਕਰਵਾਈ ਜਾਂਦੀ ਆ ਵੀ ਜਿਸ ਨੂੰ ਵੀ ਕੋਈ ਪ੍ਰੋਬਲਮ ਹੈ, ਬਿਮਾਰੀ ਹੈ, ਉਹ ਇੱਕ ਵਾਰ ਜ਼ਰੂਰ ਇਸ ਦੀ ਆ ਕੇ ਵਰਤੋਂ ਕਰੇ, ਬਹੁਤ ਹੀ ਲਾਭਦਾਇਕ ਚੀਜ਼ ਹੈ। ਇੱਕ ਵੱਧਦੇ ਪ੍ਰਦੂਸ਼ਣ ਦੇ ਨਾਲ ਨਾਲ ਲੋਕਾਂ ਵਿੱਚ ਵੀ ਬਿਮਾਰੀਆਂ ਵੱਧਦੀਆਂ ਜਾ ਰਹੀਆਂ ਨੇ, ਇਸ ਨੂੰ ਵੇਖਦਿਆਂ ਹੋਇਆਂ ਕੈਂਸਰ ਅਤੇ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਵਿਅਕਤੀਆਂ ਲਈ ਵੀ ਲਾਹੇਵੰਦ ਸਾਬਿਤ ਹੋ ਰਹੀ ਹੈ ਵੀਟ ਗ੍ਰਾਸ, ਤੇ ਵਿਦਿਆਰਥੀਆਂ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਹੁਣ ਵਾਕਈ ਹੀ ਸ਼ਲਾਘਾਯੋਗ ਹੈ। ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।